ਰੋਦੀ ਨੇ ਕਹਿੰਦੇ ਤਿਤਲੀ ਤਾਰਤੀ ਲੈ ਸੱਚ ਵੀ ਗੱਲਾਂ ਕਹਿ ਰਹੇ ਨੇ ਕਹਿੰਦੇ ਦਿੱਲੀ ਤੱਕ ਜੀਤਮਿੰਦਰ ਨੇ ਪੈਸਿਆਂ ਦੀਆਂ ਗੁੱਟੀਆਂ ਵਿਛਾਤ ਮੈਂ ਪੁੱਛਦਾ ਜਿਹਦੇ ਕੋਲ ਕੋਈ ਪਰੂਫ ਹੈ ਉਹ ਪਰੂਫ ਟੇਬਲ 'ਤੇ ਰੱਖੇ ਜਾਂ ਤਾਂ ਮੈਂ ਕੈਂਡੀਡੇਟ ਛੱਡ ਦੂੰਗਾ ਆਪਦਾ ਉਮੀਦਵਾਰੀ ਛੱਡ ਦੂੰਗਾ ਜਾਂ ਉਹ ਘਰ ਬੈਠ ਜਾਏ ਜਿਹੜਾ ਵੀ ਕੋਈ ਉਮੀਦਵਾਰ ਇਹ ਗੱਲ ਕਰਦਾ ਮੈਂ ਚੈਲੰਜ ਕਰਦਾ ਅਤੇ ਮੈਂ ਹੁਣ ਇਹ ਸਵਾਲ ਸਰ ਸੁਖਬੀਰ ਸਿੰਘ ਬਾਦਲ ਨੂੰ ਪੁੱਛਦਾ ਜੀਤਮਿੰਦਰ ਵੇਲੇ 15 ਮਿੰਟ ਨਹੀਂ ਲਾਏ ਇਹ ਸਿਕੰਦਰ ਸਿੰਘ ਮਲੂਕੇ ਨੇ ਕੀ ਹੁਣ ਸਿਕੰਦਰ ਸਿੰਘ ਮਲੂਕਾ ਆਪਦੇ ਮੁੰਡੇ ਨੂੰ ਸ਼ੋਕੋਸ ਨੋਟਿਸ ਕੱਢਿਆ ਕਿ ਨਹੀਂ ਕੱਢਿਆ ਉਹਦੀ ਨੂੰ ਉਹਦਾ ਮੁੰਡਾ ਤੁਹਾਡੇ ਉਲਟ ਪ੍ਰਚਾਰ ਕਰ ਰਿਹਾ ਹੁਣ ਬਠਿੰਡਾ 'ਚ ਕਿਉਂ ਨਹੀਂ ਉਹਨੂੰ ਕੱਢਦੇ ਪਰ ਨਹੀਂ ਕੱਢਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਮੈਂ ਹੁਣ ਰਿਕਾਰਡ ਕਹਿ ਦਿੰਦਾ ਸਿਕੰਦਰ ਸਿੰਘ ਮਲੂਕੇ ਤੋਂ ਡਰਦਾ ਹਰਸਿਮਰਤ ਕੌਰ ਬਾਦਲ ਏਮਸ ਨਹੀਂ ਲੈ ਕੇ ਆਈ ਸੈਂਟਰ ਸਰਕਾਰ ਏਮਸ ਦਿੱਤੇ ਹੈ 16-17 ਏਮਸ ਦਿੱਤੇ ਨੇ ਸਾਰੇ ਹਿੰਦੁਸਤਾਨ ਵਿੱਚ ਇਹ ਕੋਈ ਇੱਕ ਏਮਸ ਨਹੀਂ ਆਇਆ ਸਾਰੇ ਦੇਸ਼ 'ਚ ਉਹ ਲੱਖਾਂ ਸਾਲਾਂ ਸ਼ਰਿਆਮ ਕਹਿ ਰਿਹਾ ਕਿ ਜੀ ਬੋੜਾ ਸਮਝੌਤੇ ਅੰਦਰ ਧੜੇ ਬੰਦੀ ਨੂੰ ਲੈ ਕੇ ਬੜੀ ਸਵਾਲ ਖੜੀ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਉਹ ਉਮੀਦਵਾਰ ਦਿੱਤਾ ਕਿ ਜਿਹਦੇ ਦਾ ਕਿਸੇ ਨਾਲ ਮੁਕਾਬਲਾ ਸਟੇਜਾਂ 'ਤੇ ਖੜ ਕੇ ਖੁੱਡੀਆਂ ਸਾਹਿਬ ਨਾਲ ਬੈਠੇ ਨੇ ਕਿ ਮੁਆਵਜ਼ੇ ਦੀ ਤਾਂ ਕੀ ਗੱਲ ਹੈ ਇਹ ਤਾਂ ਦੇਣਾ ਹੀ ਦੇਣਾ ਅਸੀਂ ਮਰੀ ਮੁਰਗੀ ਦਾ ਵੀ ਦੇ ਦਿਆਂਗੇ ਮਰੀ ਬੱਕਰੀ ਦਾ ਵੀ ਦੇ ਦਿਆਂਗੇ ਕਿੱਡਾ ਮਜ਼ਾਕ ਬਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕ ਰਾਏ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹਰੇਕ ਪਾਰਟੀ ਆਪਣੀਆਂ ਤਿਆਰੀਆਂ ਵਿੱਢ ਲਈਆਂ ਨੇ ਪਰ ਕੁਝ ਸੀਟਾਂ 'ਤੇ ਉਮੀਦਵਾਰ ਹਜੇ ਨਹੀਂ ਐਲਾਨੇ ਖਾਸ ਕਰ ਗੱਲ ਕਰੀਏ ਬਠਿੰਡਾ ਲੋਕ ਸਭਾ ਸੀਟ ਤੋਂ ਬੜੀ ਹੌਟ ਸੀਟ ਹੈ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਹਜੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਬੜੀਆਂ ਚਰਚਾਵਾਂ ਨੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਲੜਨਗੇ ਚੋਣ ਕਿ ਨਹੀਂ ਲੜਨਗੇ ਇਸ ਵਕਤ ਮੇਰੇ ਨਾਲ ਕਾਂਗਰਸ ਤੋਂ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਮੇਰੇ ਨਾਲ ਖੁੱਲ੍ਹ ਕੇ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਤੋਂ ਮੀਡੀਆ 'ਚ ਬੜੀਆਂ ਚਰਚਾਵਾਂ ਰਹੀਆਂ ਨੇ ਜੀਤਮਿੰਦਰ ਸਿੱਧੂ ਨੂੰ ਲੈ ਕੇ ਸਾਰੀਆਂ ਗੱਲਾਂ ਦਾ ਜਵਾਬ ਲਵਾਂਗੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਅੱਛੇ ਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਮੁਬਾਰਕਾਂ ਬਹੁਤ 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 ਧੰਨਵਾਦ ਅੱਛਾ ਇੱਕ ਮੈਂ ਦੇਖ ਰਿਹਾ ਸੀ ਕਿ ਆਪਾਂ ਖੁੱਲ੍ਹ ਕੇ ਗੱਲਬਾਤ ਕਰੀਏ ਕਾਫੀ ਗੱਲਾਂ ਨੇ ਜੋ ਮੀਡੀਆ ਦੇ ਵਿੱਚ ਪਿਛਲੇ ਦਾ ਚੱਲ ਮੈਂ ਜਦੋਂ ਗੱਲ ਕਰਦਾ ਉਦੋਂ ਖੁੱਲ੍ਹ ਕੇ ਹੀ ਕਰਦਾ ਦਿਲੋਂ ਕਰਦਾ ਜੀ ਅੱਛਾ ਇੱਕ ਪਾਸੇ ਤਾਂ ਵਿਧਾਨ ਸਭਾ ਲੜਨੀ ਦੂਜੇ ਪਾਸੇ ਲੋਕ ਸਭਾ ਹਲਕਾ ਬਹੁਤ ਵੱਡਾ ਹੋ ਜਾਂਦਾ 9 ਸੀਟਾਂ ਨਹੀਂ ਕਿਸ ਤਰ੍ਹਾਂ ਮੈਨੇਜ ਕਰੋ ਦੇਖੋ ਜਿਹੜਾ ਵੀ ਇਲੈਕਸ਼ਨ ਹੈ ਨਾ ਉਹ ਵਰਕਰ ਦੇ ਸਿਰ 'ਤੇ ਲੜਿਆ ਜਾਂਦਾ ਜੀ ਵਰਕਰ ਦਾ ਜੋ ਲੀਡਰ ਪ੍ਰਤੀ ਉਮੀਦਵਾਰ ਪ੍ਰਤੀ ਕੈਂਡੀਡੇਟ ਪ੍ਰਤੀ ਜੋ ਵਿਸ਼ਵਾਸ ਹੁੰਦਾ ਉਸ ਵਿਸ਼ਵਾਸ ਨੂੰ ਲੈ ਕੇ ਵਰਕਰ ਦਿਨ ਰਾਤ ਇੱਕ ਕਰਦਾ ਪਾਰਟੀ ਵਾਸਤੇ ਉਮੀਦਵਾਰ ਵਾਸਤੇ ਤੇ ਮੈਂ ਸਮਝਦਾ ਕਿ ਜ਼ਿਲ੍ਹੇ ਬਠਿੰਡੇ ਨੂੰ ਪਹਿਲੀ ਵਾਰ ਇੱਕ ਲੋਕਲ ਕੈਂਡੀਡੇਟ ਬਤੌਰ ਪਾਰਲੀਮੈਂਟ ਦਾ ਮਿਲਿਆ ਸੋ ਇਸ ਕਰਕੇ ਵਰਕਰਾਂ 'ਚ ਉਤਸ਼ਾਹ ਹੈ ਤੇ ਵਰਕਰ ਹੀ ਇਲੈਕਸ਼ਨ ਜਿਤਾਉਂਦੇ ਨੇ ਤੇ ਮੇਰਾ ਵਰਕਰ ਜਿੱਦਣ ਤੋਂ ਹੁਣ ਮੈਨੂੰ ਟਿਕਟ ਮਿਲੀ ਹੈ ਤੇ ਇੱਕ ਦਿਨ ਹੀ ਹੋਇਆ ਹਲੇ ਮੈਨੂੰ ਫੀਲਡ 'ਚ ਜਾ ਕੇ ਮੌਕਾ ਮਿਲਿਆ ਕੰਮ ਕਰਨ ਦਾ ਅਤੇ ਜੋ ਉਤਸ਼ਾਹ ਅਤੇ ਜੋ ਰਿਸਪੋਂਸ ਮੈਨੂੰ ਜਨਰਲ ਪਬਲਿਕ ਤੋਂ ਅਤੇ ਆਪਣੇ ਕਾਂਗਰਸ ਵਰਕਰਾਂ ਤੋਂ ਮਿਲਿਆ ਮੈਂ ਸਮਝਦਾ ਕਿ ਬਹੁਤ ਵਧੀਆ ਹੰਗਾਰਾ ਹੈ ਅਤੇ ਅਸੀਂ ਬਹੁਤ ਅੱਛੀ ਕੈਂਪੇਨ ਚਲਾ ਕੇ ਅਤੇ ਇਹ ਸੀਟ ਅਸੀਂ ਕਾਂਗਰਸ ਵਾਸਤੇ ਬਹੁਤ ਸਮੇਂ ਬਾਅਦ ਜਿੱਤ ਕੇ ਦੇਵਾਂਗੇ ਬੜੀਆਂ ਚਰਚਾਵਾਂ ਨੇ ਤੁਸੀਂ ਸੁਣੀਆਂ ਨੇ ਕਿ ਬਾਹਰੋਂ ਲਿਆ ਕੇ ਉਮੀਦਵਾਰ ਲਾਉਣ ਦਾ ਮੈਂ ਤਾਂ ਬਾਹਰੋਂ ਹੈ ਨਹੀਂਗਾ ਮੈਂ ਤਾਂ ਇਕੱਲਾ ਮੈਂ ਹੀ ਹਾਂ ਜਿਹੜਾ ਜ਼ਿਲ੍ਹਾ ਬਠਿੰਡੇ ਤੋਂ ਹੈ ਬਾਕੀ ਸਾਰੇ ਬਾਹਰਲੇ ਨੇ ਬਾਕੀ ਸਾਰੇ ਬਾਹਰਲੇ ਨੇ ਮੈਂ ਹੀ ਬਠਿੰਡੇ ਜ਼ਿਲ੍ਹੇ ਦਾ ਮੋਦੀ ਦੇ ਕਹਿੰਦੇ ਤਿਤਲੀ ਤਾਰਤੀ ਲਿਆ ਕੇ ਕਿਹਨੇ ਕਹਿਤਾ ਤਿਤਲੀ ਕਿੱਥੋਂ ਤਾਰਤੀ ਮੈਂ ਕੋਈ ਪਾਕਿਸਤਾਨ ਤੋਂ ਆਇਆ
ਮੈਨੂੰ ਇਹ ਦੱਸੋ ਕਿੱਥੋਂ ਮੈਂ ਕੌਣ ਕਹਿ ਰਿਹਾ? ਇਹ ਉਹ ਕਹਿ ਰਹੇ ਨੇ ਵਿਰੋਧੀ, ਮੇਰੇ ਪ੍ਰਤੀ ਕੁਛ ਕਹਿਣ ਨੂੰ ਵਿਰੋਧੀਆਂ ਕੋਲ ਹੈ ਨਹੀਂ। ਹਰ ਰੋਜ਼ ਨਵੀਂ ਗੱਲ ਕੱਢ ਲੈਂਦੇ ਨੇ, ਕਹਿੰਦੇ ਹੁਣ ਬਾਹਰੋਂ ਆਇਆ। ਬਾਹਰੋਂ ਕਿੱਥੋਂ ਆਇਆ? ਤਲਵੰਡੀ 30 ਸਾਲ ਮੈਨੂੰ ਤਲਵੰਡੀ ਸਾਬੋ ਹੋ ਗਏ ਕੰਮ ਕਰਦਿਆਂ ਨੂੰ। ਇੰਨਾ ਲੰਬਾ ਸਮਾਂ ਤਾਂ ਕੋਈ ਵੀ ਜਿਹੜੇ ਕੈਂਡੀਡੇਟ ਹੈ ਕਿਸੇ ਕੋਲ ਨਹੀਂ ਹੈ ਇੰਨਾ ਐਕਸਪੀਰੀਅੰਸ ਜਿੰਨਾ ਐਕਸਪੀਰੀਅੰਸ ਜੀਤਮਿੰਦਰ ਸਿੰਘ ਸਿੱਧੂ ਕੋਲ ਹੈ। ਕਿੰਨੇ ਇਲੈਕਸ਼ਨ ਲੜ ਲਏ, ਕਿੰਨੇ ਪਾਰਲੀਮੈਂਟ ਦੇ ਇਲੈਕਸ਼ਨ ਲੜਾ ਲਏ। ਉਹ ਤਾਂ ਇਹ ਵੀ ਗੱਲ ਕਹਿੰਦੇ ਨੇ, ਕਹਿੰਦੇ ਹਰਸਿਮਰਤ ਨੂੰ ਜਿਤਾਉਣ ਦੇ ਲਈ ਜੀਤਮਿੰਦਰ ਨੂੰ ਆ ਪਤਾ ਲੱਗ ਜੂ 4 ਤਰੀਕ ਨੂੰ ਪਤਾ ਲੱਗ ਹਰਸਿਮਰਤ ਨੂੰ ਕਿਉਂ ਜਿਤਾਊਂਗਾ? ਜੇ ਮੈਂ ਹਰਸਿਮਰਤ ਨੂੰ ਜਿਤਾਉਂਦਾ ਹੁੰਦਾ ਮੈਂ ਅਕਾਲੀ ਦਲ 'ਚ ਨਾ ਰਹਿ ਜਾਂਦਾ, ਅਤੇ ਹਰਸਿਮਰਤ ਨੂੰ ਕਿਉਂ ਜਿਤਾਉਂ? ਹਰਸਿਮਰਤ ਨੂੰ ਤਾਂ 4th ਥਾਂ ਲਿਆਉਣਾ ਹੈ ਜੇ ਉਹ ਕੈਂਡੀਡੇਟ ਬਣਦੀ ਹੈ ਤਾਂ। ਉਹ ਤਾਂ ਹਾਲੇ ਕੈਂਡੀਡੇਟ ਨਹੀਂ ਬਣਦੀ, ਤਾਂ ਮੈਂ ਚੈਲੰਜ ਕਰਦਾ ਹੁਣ ਬਣਾਓ ਕੈਂਡੀਡੇਟ। ਜੇ ਤੁਸੀਂ ਕਹਿੰਦੇ ਹੋ, ਮੀਡੀਆ ਕਹਿ ਰਿਹਾ, ਤੁਸੀਂ ਕਹਿੰਦੇ ਹੋ, ਮੇਰੇ ਵਿਰੋਧੀ ਕਹਿ ਰਹੇ ਹੈ ਕਿ ਹਰਸਿਮਰਤ ਨੂੰ ਜਿਤਾਉਣਾ ਹੈ, ਅਤੇ ਫਿਰ ਮੇਰੇ ਟਿਕਟ ਲਾਉਣ ਨੂੰ ਕਿੰਨਾ ਟਾਈਮ ਹੋ ਗਿਆ? ਐਲਾਨਿਆ ਗਿਆ ਨਾ, ਘੰਟੇ ਬਾਅਦ ਆਪ ਐਲਾਨ ਦਿੰਦੇ। ਜੇ ਇਹੋ ਜਿਹੀ ਰਾਜੀਨਾਮਾ ਤੁਸੀਂ ਕਹਿੰਦੇ ਹੋ, ਇਹ ਜਿਹੜਾ ਪ੍ਰਚਾਰ ਹੈ ਇਹ ਸਮਾਂ ਕੇ ਕਮਜ਼ੋਰ ਕਰਨ ਦਾ, ਕਿਉਂਕਿ ਪਤਾ ਹੈ ਕਿ ਮੈਂ ਸਟਰੋਂਗ ਕੈਂਡੀਡੇਟ ਹਾਂ, ਪਤਾ ਹੈ ਕਿ ਮੈਂ ਜਿੱਤਣ ਵਾਲਾ ਕੈਂਡੀਡੇਟ ਹਾਂ, ਮੇਰੇ ਉਲਟ ਕੋਈ ਉਂਗਲ ਨਹੀਂ ਉੱਠਦੀ। 30 ਸਾਲ 'ਚ ਕੋਈ ਨਹੀਂ ਕਹਿ ਸਕਦਾ ਕਿ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਹਦਾ ਕਿਸੇ ਦਾ ਦਿਲ ਦੁਖਾਇਆ ਹੋਵੇ, ਕਿਸੇ ਤੋਂ ਇੱਕ ਰੁਪਈਆ ਵੀ ਲਿੱਤਾ ਹੋਵੇ। ਸਾਫ਼ ਛਵੀ ਨਾਲ 30 ਸਾਲ ਲੋਕਾਂ ਦੀ ਸੇਵਾ ਕੀਤੀ ਹੈ, ਅਤੇ ਮੈਨੂੰ ਦੱਸ ਦਿਓ ਕਿ ਜੇ ਰਾਜੀਨਾਮਾ ਹੀ ਹੋਵੇ ਕਿ ਹਰਸਿਮਰਤ ਦਾ ਕੈਂਡੀਚੇਅਰ ਹਾਲੇ ਤੱਕ ਅਨਾਊਂਸ ਨਾ ਹੋ ਜਾਂਦਾ। ਮੈਂ ਅੱਜ ਵੀ ਚੈਲੰਜ ਕਰਦਾ ਕਿ ਇਹੋ ਜਿਹੀ ਗੱਲ ਹੈ ਤਾਂ ਅਨਾਊਂਸ ਕਰੋ ਹਰਸਿਮਰਤ ਕੌਰ ਬਾਦਲ ਦਾ ਕੈਂਡੀਚੇਅਰ ਆਉਣ ਉਮੀਦਵਾਰ ਇੱਥੇ ਮੈਦਾਨ 'ਚ, ਅਤੇ ਫਿਰ ਪਤਾ ਲੱਗ ਜੂਗਾ। ਸੋ ਇਸ ਕਰਕੇ ਇਹ ਤਾਂ ਚਰਚਾਵਾਂ ਚੱਲਦੀਆਂ ਨੇ, ਪਰ ਅਸਲ ਗੱਲ ਲੋਕਾਂ ਨੂੰ ਪਤਾ ਹੁੰਦੀ ਹੈ। ਸੋ ਮੈਂ ਸਮਝਦਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ 'ਚ ਉਤਰੇ ਹਾਂ। ਕਲੀਅਰ ਕਰੋ ਸਿੱਧੂ ਸਾਹਿਬ। ਹਾਂ, ਕਲੀਅਰ ਹੈ। ਪਿਛਲੀ ਦਿਨੀ 25-75 ਨੂੰ ਲੈ ਕੇ, 50-50 ਨੂੰ ਲੈ ਕੇ, ਆਮ ਆਦਮੀ ਪਾਰਟੀ ਨਾਲ ਲੈ ਕੇ ਬੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਫਿਰ ਆਈਆਂ ਮੇਰੇ ਮੂੰਹੋਂ ਤੋਂ ਨਹੀਂ ਆਈਆਂ, ਮੇਰਾ ਵਿਰੋਧੀ ਕਹਿ ਰਿਹਾ ਹੋਊ। ਕੋਈ ਪਰੂਫ ਹੈ? ਮੈਂ ਪੁੱਛਦਾ, ਜਿਹਦੇ ਕੋਲ ਕੋਈ ਪਰੂਫ ਹੈ ਉਹ ਪਰੂਫ ਟੇਬਲ 'ਤੇ ਰੱਖੇ, ਜਾਂ ਤਾਂ ਮੈਂ ਕੈਂਡੀਡੇਟ ਛੱਡ ਦੂੰਗਾ, ਆਪਦਾ ਉਮੀਦਵਾਰੀ ਛੱਡ ਦੂੰਗਾ, ਜਾਂ ਉਹ ਘਰ ਬੈਠ ਜਾਏ। ਜਿਹੜਾ ਵੀ ਕੋਈ ਉਮੀਦਵਾਰ ਇਹ ਗੱਲ ਕਰਦਾ, ਮੈਂ ਚੈਲੰਜ ਕਰਦਾ ਹਾਂ। ਆਹ ਕੋਈ ਗੱਲਾਂ ਕਰਨ ਵਾਲੀਆਂ, ਕਿਉਂਕਿ ਮੁੱਦਾ ਕੋਈ ਨਹੀਂ, ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ। BJP ਨੇ ਦੇਸ਼ ਦਾ, ਪੰਜਾਬ ਦਾ, ਕਿਸਾਨੀ ਦਾ, ਮਜ਼ਦੂਰੀ ਦਾ, ਨੌਜਵਾਨੀ ਦਾ ਬੁਰਾ ਹਾਲ ਕਰ ਦਿੱਤਾ। ਅਕਾਲੀ ਦਲ ਹਾਲੇ ਆਇਆ ਹੀ ਨਹੀਂ ਮੈਦਾਨ 'ਚ, ਅਤੇ ਰਾਜੀਨਾਮੇ ਕਿਹੜੀ ਗੱਲ ਕਰਦੇ ਹੋ ਤੁਸੀਂ? ਬਿਲਕੁਲ ਸ਼ਰੇਆਮ ਗਲਤ ਗੱਲਾਂ ਨੇ ਇਹ, ਅਤੇ ਇਹਦਾ ਜਵਾਬ ਲੋਕ 1 ਜੂਨ ਨੂੰ ਠੋਕ ਕੇ ਕਾਂਗਰਸ ਨੂੰ ਵੋਟਾਂ ਪਾ ਕੇ ਜੀਤਮਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ MP ਬਣਾ ਕੇ 4 ਨੂੰ ਦਿੱਲੀ ਭੇਜਣਗੇ। ਕਿੰਨੇ ਪੈਸਿਆਂ 'ਚ ਟਿਕਟ ਲੈ ਕੇ ਆਏ? 1 ਰੁਪਿਆ ਨਹੀਂ ਲੱਗਦਾ, ਵਿਸ਼ਵਾਸ ਹੈ, ਸਰਵੇ ਕਰਾਇਆ ਜਾਂਦਾ ਹੈ। ਕਹਿੰਦੇ ਜੋ ਮਰਜ਼ੀ ਕਹਿ ਦਿਓ, ਜੀਤਮਿੰਦਰ ਨੇ ਜੇ ਮੈਂ ਕਹਿ ਦਿਆ ਕਿ ਮਲੁੱਕੇ ਕੇ ਪੈਸੇ ਦੇ ਕੇ ਟਿਕਟ ਲਿਆ, ਇੱਥੋਂ ਤੱਕ ਵੀ ਗੱਲਾਂ ਕਹਿ ਰਹੇ ਨੇ, ਕਹਿੰਦੇ ਦਿੱਲੀ ਤੱਕ ਜੀਤਮਿੰਦਰ ਨੇ ਪੈਸਿਆਂ ਦੀਆਂ ਗੁੱਟੀਆਂ ਵਿਛਾਤੀਆਂ। ਕਿਸਨੇ ਦੇਖੀਆਂ? ਕਿਸੇ ਦੇ ਸਾਹਮਣੇ ਦਿੱਤੀਆਂ ਜਾਂ ਨਾ ਦਿੱਤੀਆਂ? ਮੈਨੂੰ ਤੁਸੀਂ ਦੱਸੋ। ਕਦੇ ਟਿਕਟਾਂ ਇਹੋ ਜਿਹੇ ਲੈਵਲ 'ਤੇ ਕਦੇ ਕੋਈ ਟਿਕਟਾਂ ਵਿਕਦੀਆਂ ਹੁੰਦੀਆਂ? ਮੈਂ ਉਹੀ ਤੁਹਾਨੂੰ ਬਿਗਨਿੰਗ 'ਚ ਇੱਕੋ ਗੱਲ ਕਹਿਤੀ ਕਿ ਜੀਤਮਿੰਦਰ ਦੇ ਉਲਟ ਕੋਈ ਕਹਿਣ ਨੂੰ ਗੱਲ ਨਹੀਂ, ਨਵੀਂ ਗੱਲ ਰੋਜ਼ ਕੱਢ ਲੈਂਦੇ ਨੇ। ਕਦੇ ਕਿ ਸਮਝੌਤਾ ਹੋ ਗਿਆ ਜੀ, ਕਦੇ ਟਿਕਟ ਖਰੀਦ ਕੇ, ਪਹਿਲਾਂ ਕਹਿੰਦੇ ਸਮਝੋ, ਜੇ ਸਮਝੌਤਾ ਹੀ ਹੋਣਾ ਸੀ, ਦੋਨੋਂ ਗੱਲਾਂ ਤੁਹਾਡੀ 'ਚ ਫਰਕ ਹੈ। ਜੇ ਮੈਂ ਰਾਜੀ ਸਮਝੌਤੇ 'ਚ ਆਉਂਦਾ ਇੱਥੇ, ਫਿਰ ਮੈਂ ਟਿਕਟ 'ਚ ਪੈਸੇ ਦੇ ਕੇ ਕਿਉਂ ਆਉਂਦਾ ਇੱਥੇ? ਬੜੀ ਅਜੀਬ ਜਿਹੀ ਗੱਲ ਹੈ, ਕੋਈ ਸੋਚਿਆ ਕਰੋ ਇਹ ਗੱਲਾਂ ਨੂੰ ਕਿ 2 ਗੱਲਾਂ ਕਿਵੇਂ ਹੋ ਜਾਣਗੀਆਂ ਜੀ। ਮੈਨੂੰ ਇਹ ਦੱਸੋ, 2 ਗੱਲਾਂ ਕਿਵੇਂ ਹੋ ਜਾਣਗੀਆਂ ਕਿ ਟਿਕਟ ਖਰੀਦ ਲਿਆ ਜੀ, ਅਤੇ ਦੂਜੀ ਗੱਲ ਇਹ ਸਮਝੌਤੇ 'ਚ ਹੈ ਜੀ,
ਜਾਂ ਤਾਂ ਸਮਝੌਤੇ ਜਾਂ ਟਿਕਟ ਖਰੀਦ ਕੇ ਲਿਆ, ਤੁਸੀਂ ਦੱਸ ਦਿਓ ਮੈਨੂੰ, ਤੁਸੀਂ ਇਹਦਾ ਜਵਾਬ ਦਿਓ ਮੈਨੂੰ। ਤੁਸੀਂ ਗਲਤ ਗੱਲ, ਸਿੱਧੂ ਸਾਹਿਬ ਤੁਸੀਂ ਸਵਾਲ ਪੁੱਛਿਆ ਨਹੀਂ, ਤੁਸੀਂ ਸਵਾਲ ਪੁੱਛਿਆ, ਤੁਸੀਂ ਇਹਨੂੰ ਪ੍ਰੂਫ ਡੂ ਯੂ ਹੈਵ ਐਨੀ ਲਿਸਨ ਡੂ ਯੂ ਹੈਵ ਐਨੀ ਪ੍ਰੂਫ ਮੈਂ ਨਹੀਂ 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 ਤੁਸੀਂ ਸਿੱਧੂ ਸਾਹਿਬ ਤੁਹਾਡਾ ਇਕੱਲਾ ਸਵਾਲ ਪੁੱਛਣਾ ਨਹੀਂ ਹੁੰਦਾ ਜੀ ਪ੍ਰਵੇਦਰ, ਤੁਹਾਡਾ ਇਕੱਲਾ ਸਵਾਲ ਪੁੱਛਣ ਦਾ ਕੰਮ ਨਹੀਂ ਹੈ ਜੀ। ਜਿਹੜੀ ਤੁਸੀਂ ਜ਼ਬਾਨ ਚੋਂ ਗੱਲ ਕੱਢਦੇ ਹੋ, ਜ਼ਿੰਮੇਵਾਰ ਬੰਦਾ ਸਾਹਮਣੇ ਬੈਠਾ, ਤੁਸੀਂ ਜ਼ਿੰਮੇਵਾਰ ਪੱਤਰਕਾਰ ਹੋ, ਮੈਨੂੰ ਪ੍ਰੂਫ ਦਿਓ ਜਿਹੜੀ ਗੱਲ ਤੁਸੀਂ ਕੀਤੀ ਹੈ ਹੇਅਰ ਸੇ ਹੈ ਨਾ ਸਿੱਧੂ ਸਾਹਿਬ? ਨਹੀਂ ਤੁਸੀਂ ਮੈਨੂੰ ਇਹ ਦੱਸ ਦਿਓ, ਸਾਡੇ ਕੋਈ ਮੈਂ ਦੇਖੋ ਨਹੀਂ 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 ਕੈਂਡਲੀ ਮੇਰੀ, ਤੁਸੀਂ ਹੇਅਰ ਸੇ, ਤੁਸੀਂ ਇੱਕ ਗੱਲ ਕਹਿ ਦਿਓ ਕੈਮਰੇ ਤੇ ਕਿ ਹਾਂ ਹੇਅਰ ਸੇ ਹੈ, ਮੈਂ ਸੁਣੀ ਹੈ, ਤੁਸੀਂ ਕਹੋ। ਨਹੀਂ ਮੈਂ ਸੁਣ, ਮੈਂ ਕਹਿਣਾ ਵੀ ਕਹਿੰਦੇ ਨੇ, ਕਹੋ ਕੌਣ ਕਹਿੰਦਾ ਜੇ ਦੋ ਤੁਸੀਂ? ਨਹੀਂ ਨਹੀਂ ਕੌਣ ਕਹਿੰਦਾ? ਨਹੀਂ ਮੈਨੂੰ ਇਹ ਦੱਸੋ ਕੌਣ ਕਹਿੰਦਾ? ਨਹੀਂ ਨਹੀਂ ਸੁਣੋ, ਨਹੀਂ ਇਹ ਗੱਲ ਗਲਤ ਹੈ ਸਿੱਧੂ ਸਾਹਿਬ, ਇਹ ਗੱਲ ਗਲਤ ਹੈ। ਨਹੀਂ ਨਹੀਂ ਜਿਵੇਂ ਹੁਣ ਤੁਸੀਂ ਆਪਾਂ ਦੇਖਿਆ ਵੀ ਕਿੰਨੇ ਵਿਰੋਧੀ ਕਹਿੰਦੇ ਨੇ ਇਹ ਗੱਲ, ਕਿਹੜਾ ਵਿਰੋਧੀ ਕਹਿੰਦਾ? ਨਾ ਲਿਓ, ਨਹੀਂ ਨਹੀਂ ਜੇ ਨਾਲ ਹੈ ਦੇਖੋ ਕਹਿ, ਕਮਾਲ ਹੈ ਯਾਰ। ਨਹੀਂ ਸਿੱਧੂ ਸਾਹਿਬ ਤੁਸੀਂ ਗੱਲ ਸੁਣੋ, ਨਹੀਂ ਨਹੀਂ ਗਲਤ ਗੱਲ, ਹੁਣ ਹੁਣ ਨਹੀਂ ਜੇ ਹੁਣ ਬਹੁਤ ਲੋਕ ਇਹ ਨਿਕਲ ਕੇ, ਬਹੁਤ ਲੋਕ ਤੁਸੀਂ ਕਹਿੰਦੇ ਹੋ ਦੋਵਾਂ ਦਾ ਨਾਂ ਲੈ ਦਿਓ, ਤਿੰਨਾਂ ਦਾ ਨਾਂ ਲੈ ਦਿਓ, ਨਾਂ ਲਓ ਪਰਮਿੰਦਰ, ਜਿਨ੍ਹਾਂ ਨੇ ਤੁਹਾਡੇ ਮੂੰਹ ਤੇ ਤੁਹਾਡੇ ਮੂੰਹ ਤੇ ਕਿਹਾ ਕਿ ਜੀਤ ਮਹਿੰਦਰ ਟਿਕਟ ਖਰੀਦ ਕੇ ਲਿਆਇਆ ਕਿ ਕੰਪਰੋਮਾਈਜ਼ ਕਰ। ਨਹੀਂ ਨਹੀਂ ਸਿੱਧਾ, ਬੜੀਆਂ ਮੀਡੀਆ 'ਚ ਚਰਚਾਵਾਂ ਚੱਲੀਆਂ ਨੇ, ਇਹ ਤੁਹਾਨੂੰ ਵੀ ਪਤਾ, ਬੜੀਆਂ ਚਰਚਾਵਾਂ ਤੁਸੀਂ ਪਿਛਲੇ ਦਿਨ ਦੇਖੀਆਂ ਹੋਣੀਆਂ, ਬੜੀਆਂ ਚਰਚਾਵਾਂ ਚੱਲੀਆਂ ਨੇ। ਮੈਂ ਫੜ ਕੇ ਮਾਈਕ ਕਿਸੇ ਬਾਰੇ ਬੋਲੀ ਜਾਵਾਂ, ਉਹ ਸੱਚੀ ਹੋ ਜੂ ਗੱਲ? ਨਹੀਂ ਅਸੀਂ ਝੂਠ ਪ੍ਰਚਾਰ ਨਾ ਕਰੋ, ਠੀਕ ਹੈ ਨਾ, ਮੁੱਦਿਆਂ ਤੇ ਗੱਲ ਕਰੋ ਜੀ, ਠੀਕ ਹੈ ਨਾ, ਤੇ ਦੋ ਗੱਲਾਂ ਕੰਟਰਡਿਕਟਰੀ ਤੁਸੀਂ ਕਰ ਰਹੇ ਹੋ, ਬਿਲਕੁਲ ਝੂਠ, ਬਿਲਕੁਲ ਬੇਬੁਨਿਆਦ, ਬਿਲਕੁਲ ਨੌਨਸੈਂਸ ਗੱਲ ਹੈ। ਹੋਰ ਦੱਸੋ, ਆਜੋ ਅੱਗੇ ਚਲੋ। ਮੈਨੂੰ ਇਹ ਦੱਸੋ ਵੀ ਇੱਕ ਪਾਸੇ ਮਰੂਕਾ ਪਰਿਵਾਰ ਹੈ, ਉਹਦਾ ਬੀਜੇਪੀ ਵਿਰੋਧ ਵੀ ਵਿਰੋਧ ਹੋ ਰਿਹਾ ਹੋ ਰਿਹਾ, ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇੱਕ ਪਾਸੇ ਕਿਸਾਨਾਂ ਦੇ ਉੱਤੇ ਕੱਲ੍ਹ ਵੀ ਲਾਠੀਚਾਰਜ ਮੌੜ ਦੇ ਵਿੱਚ ਹੋਇਆ? ਬਹੁਤ ਗਲਤ ਹੋਇਆ, ਬਹੁਤ ਗਲਤ ਹੋਇਆ। ਇਹ ਇਸ ਕਰਕੇ ਹੋਇਆ ਕਿਉਂਕਿ ਜੋ ਬੀਜੇਪੀ ਦੀ ਨੀਤੀਆਂ ਪਿਛਲੇ 10 ਸਾਲ ਕਿਸਾਨ ਮਾਰੂ ਨੀਤੀਆਂ, ਤੁਸੀਂ ਇਹ ਦੇਖੋ, ਕਿਸਾਨ ਬੈਠਾ 1 ਸਾਲ ਦਿੱਲੀ ਦੇ ਬਾਰਡਰਾਂ ਤੇ, ਕੀ ਦਿੱਤਾ ਬੀਜੇਪੀ ਸਰਕਾਰ ਨੇ? 750 ਤੋਂ ਵੱਧ ਬੰਦਾ ਆਪਣਾ ਸ਼ਹੀਦ ਹੋ ਗਿਆ, ਕਿਸਾਨ ਘਰ ਉੱਜੜ ਗਏ, ਸਾਲ ਸਾਲ ਜਿਹੜੇ ਉੱਥੇ ਪਰਿਵਾਰ ਬੈਠੇ ਰਹੇ, ਕਿਸਾਨ ਬੈਠੇ ਰਹੇ, ਉਹਨਾਂ ਦਾ ਪਿੱਛੇ ਪਰਿਵਾਰਾਂ ਦਾ ਕੀ ਹਾਲ ਹੋਇਆ? ਕਿਸਾਨੀ ਖਰਾਬ ਹੋਈ, ਪਰਿਵਾਰ ਖਰਾਬ ਹੋਏ, ਅਤੇ ਸਾਰੇ ਵਾਅਦੇ ਕੀਤੇ, ਅਤੇ ਮੈਨੂੰ ਦੱਸੋ ਕਿਹੜਾ ਇੱਕ ਵਾਅਦਾ ਪੂਰਾ ਕੀਤਾ ਉਦੋਂ? ਅਤੇ ਲੋਕ ਆਹੀ ਹੋਊਗਾ ਜਦੋਂ ਤੁਸੀਂ ਲੋਕਾਂ ਨਾਲ ਝੂਠ ਬੋਲੋਗੇ, ਝੂਠ ਪ੍ਰਚਾਰ ਕਰੋਗੇ, ਤਾਂ ਇਹੀ ਕੰਮ ਹੋਊਗਾ ਫਿਰ। ਲੋਕ ਫਿਰ ਇਹ ਸਿਖਾਇਆ ਕਿਹਨੇ ਹੈ? ਇਹ ਸਿਖਾਇਆ ਇਹਨਾਂ ਨੇ ਹੀ ਹੈ ਕਿ ਸਵਾਲ ਪੁੱਛੋ, ਇਹਨਾਂ ਨੇ ਕਿਹਾ ਕਿ ਜੋ ਤੁਸੀਂ ਵਾਅਦੇ ਕੀਤੇ ਸੀ, ਬੇਸ਼ੱਕ ਉਹ ਬੀਜੇਪੀ ਨੇ ਕੀਤੇ, ਕਿਸਾਨੀ ਪ੍ਰਤੀ ਕੀਤੇ, ਅੱਜ ਹਾਲ ਦੇਖੋ, ਯੂਥ ਦਾ ਕੀ ਹਾਲ ਹੈ, ਅਨਇੰਪਲੋਇਮੈਂਟ ਅੱਜ ਸਭ ਤੋਂ ਜ਼ਿਆਦਾ ਦੇਸ਼ 'ਚ ਅਨਇੰਪਲੋਇਮੈਂਟ ਹੈ, ਇੰਨਾ ਵੱਡਾ ਇਹ ਮੈਂ ਕਹਿੰਦਾ ਸਮੱਸਿਆ ਬਣੀ ਪਈ ਹੈ। ਲੋਕ ਪੜ੍ਹ ਲਿਖ ਕੇ ਘਰ ਬੈਠੇ ਨੇ, ਕੀ ਕਰਨਗੇ ਉਹ ਬੱਚੇ, ਕਿੱਥੋਂ ਪਰਿਵਾਰਾਂ ਨੂੰ ਪਾਲਣਗੇ? ਸੋ ਇਸ ਕਰਕੇ ਜਿਹੜਾ ਵਿਰੋਧ ਹੋ ਰਿਹਾ, ਅਤੇ ਮੈਂ ਇਹਨੂੰ ਕੰਡੈਮ ਕਰਦਾ ਜਿਹੜਾ ਲਾਠੀਚਾਰਜ ਕੱਲ੍ਹ ਕੀਤਾ। ਜੇ ਕੋਈ ਪ੍ਰੋਟੈਸਟ ਕਰ ਰਿਹਾ, ਤੁਸੀਂ ਕਿੰਨੇ ਕਿੰਨੇ ਨੂੰ ਕੁੱਟ ਕੁੱਟ ਕੇ ਘਰ ਬਿਠਾ ਦਿਓਗੇ ਜੀ? ਜੇ ਅੱਜ 10 ਨੂੰ ਤੁਸੀਂ ਇਹ ਜਿਹਾ ਰੋਕੋਗੇ 100 ਆ ਜੂਗਾ, 100 ਨੂੰ ਕਰੋਗੇ 1000 ਆ ਜੂਗਾ, 1000 ਨੂੰ ਕਰੋਗੇ 5000 ਬੰਦਾ ਆ ਜੂਗਾ, ਤੁਸੀਂ ਕਿਵੇਂ ਰੋਕ ਲਓਗੇ? ਡੈਮੋਕ੍ਰੇਸੀ ਹੈ, ਹਰ ਕਿਸੇ ਦਾ ਰਾਈਟ ਹੈ ਪ੍ਰੋਟੈਸਟ ਕਰਨਾ, ਆਪਦੀ ਗੱਲ ਕਰਨਾ। ਸੋ ਲੋਕ ਕਰ ਰਹੇ ਨੇ, ਮੈਂ ਇਹਨੂੰ ਕੰਡੈਮ ਕਰਦਾ ਕਿ ਇਹ ਜਿਹੜਾ ਇਹਨਾਂ ਨੇ ਲਾਠੀਚਾਰਜ ਕੀਤਾ, ਇਹ ਬਹੁਤ ਗਲਤ ਕੀਤਾ। ਅੱਛਾ, ਤੁਸੀਂ ਗੱਲ ਕਰਦੇ ਸੀ ਕਿ ਨਾਮ ਲਓ, ਜਿਵੇਂ ਹੁਣ ਲੱਖਾ ਹਜ਼ਾਰਾਂ, ਤੁਸੀਂ ਵੀ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਲੱਖਾ ਹਜ਼ਾਰਾਂ ਸ਼ਰਿਆਮ ਕਹਿ ਰਿਹਾ ਕਿ ਜੀ ਬੋੜਾ ਸਮਝੌਤੇ ਅੰਦਰ ਬੰਦਾ ਹੈ ਯਾਰ, ਉਹਦਾ ਕੀ ਉਮੀਦਵਾਰ, ਉਹਦਾ ਕੀ ਪਿਛੋਕੜਾ ਹੈ? ਉਮੀਦਵਾਰ ਤਾਂ ਹੋਰ 10 ਹੋਰ ਆ ਜਾਣਗੇ, ਕੀ ਪਿਛੋਕੜਾ ਉਹਦਾ? ਦੇਖੋ ਮੈਂ ਉਹਦੇ ਬਾਰੇ ਗੱਲ ਹੀ ਨਹੀਂ ਕਰਦਾ, ਤੁਸੀਂ ਸ਼ਹਿਰ 'ਚ ਕਿਸੇ ਨੂੰ, ਕਿਸੇ ਡਾਕਟਰ ਨੂੰ ਹੀ ਪੁੱਛ ਲਓ ਉਹਦੇ ਕਿਰਦਾਰ ਬਾਰੇ, ਅਤੇ ਮੈਨੂੰ ਉਹਨੂੰ ਉਹ ਤੋਂ ਉਹਨੂੰ ਮੈਂ ਜਾਣਦਾ ਚੰਗੀ ਤਰ੍ਹਾਂ, ਆਪਾਂ ਨੂੰ ਲੋੜ ਨਹੀਂ ਟਾਈਮ ਵੇਸਟ ਕਰਨ ਦੀ ਲੱਖੇ ਸਿਧਾਨੇ ਵਰਗਿਆਂ 'ਤੇ। ਇਹ ਸੀਟ ਤੁਹਾਡੇ ਲਈ ਕਿੰਨੀ ਔਖੀ ਹੈ? ਸੌਖੀ ਔਖੀ ਸੌਖੀ ਦੀ ਗੱਲ ਨਹੀਂ, ਤਗੜੇ ਹੋ ਕੇ ਲੜ ਰਹੇ ਹਾਂ,
ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਅਤੇ ਵਧੀਆ ਤਰੀਕੇ ਨਾਲ ਅੱਛੀ ਲੀਡ ਨਾਲ ਇਹ ਸੀਟ ਜਿੱਤਾਂਗੇ ਅਸੀਂ। ਧੜੇਬੰਦੀ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨੇ। ਕੋਈ ਧੜੇਬੰਦੀ ਨਹੀਂ, ਇੱਕ ਵੀ ਬੰਦਾ ਕਾਂਗਰਸ ਦਾ, ਕੋਈ ਸੀਨੀਅਰ ਲੀਡਰ, ਕੋਈ ਜੂਨੀਅਰ ਲੀਡਰ, ਕੋਈ ਗ੍ਰਾਸਰੂਟ ਲੀਡਰ, ਕੋਈ ਨਾਰਾਜ਼ ਨਹੀਂ ਹੈ। ਮੈਂ ਕੱਲ੍ਹ ਮਾਨਸੇ ਗਿਆ ਸੀ, ਇੱਕ ਇੱਕ ਵਰਕਰ ਮਾਨਸੇ ਦਾ, ਸਰਦੂਲਗੜ੍ਹ ਗਿਆ ਸੀ, ਇੱਕ ਇੱਕ ਵਰਕਰ ਨਾਲ ਚੱਲ ਰਿਹਾ ਅਤੇ ਮੈਨੂੰ ਲੱਗਦਾ ਇੱਕ ਵੀ ਵਰਕਰ ਘਰ ਨਹੀਂ ਬੈਠੇਗਾ। ਉਤਸ਼ਾਹਿਤ ਹੈ ਕਿ ਐਤਕੀ ਅਸੀਂ ਕਰਕੇ ਦਿਖਾਉਣਾ ਕਿ ਕਾਂਗਰਸ ਨੂੰ ਸੀਟ ਇਹ ਜਿਤਨੀ ਜਿਤਨੀ। ਜਿਹੜੇ ਇੱਥੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਖੁਸ਼ਵਾਤ ਸਿੰਘ ਜਟਾਣਾ, ਉਹ ਨਾਲ ਤੁਰਨਗੇ? ਬਿਲਕੁਲ ਤੁਰਨਗੇ। ਕਹਿੰਦੇ ਕਿ ਨਵਜੋਤ ਸਿੱਧੂ ਨੇ ਤੁਹਾਡੇ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲੀਆਂ ਨੇ। ਗੱਲਬਾਤ ਹੋਈ? ਹਾਂ ਹੋਈ, ਹੋਈ। ਮੇਰੇ ਮਿੱਤਰ ਨੇ ਗੱਲਬਾਤ ਹੋਈ, ਲਾਡੀ ਹੈ ਮੇਰੀ, ਗੱਲਬਾਤ ਹੋਈ। ਬਿਲਕੁਲ ਅੱਗੇ ਲੱਗ ਕੇ ਚੱਲਣਗੇ ਤੁਹਾਨੂੰ ਮੈਂ ਇੱਕ ਅੱਧੇ ਦਿਨ 'ਚ, ਕਿਉਂਕਿ ਹਲੇ ਅਸੀਂ ਪਲੈਨਿੰਗ ਸਟੇਜ 'ਚ ਹਾਂ। ਜਿੱਦਣ ਰੈਲੀਆਂ ਸ਼ੁਰੂ ਕੀਤੀਆਂ, ਪਿੰਡਾਂ 'ਚ ਜਾਣਾ ਸ਼ੁਰੂ ਕੀਤਾ, ਮੇਰੇ ਨਾਲ ਤੁਸੀਂ ਸਾਰੇ ਲੀਡਰ ਬੈਠੇ ਦੇਖੋਗੇ। ਅੱਛਾ, ਇੱਕ ਮੁੱਦੇ 'ਤੇ ਚੋਣ ਲੜੀ ਜਾਂਦੀ ਹੁੰਦੀ ਹੈ, ਜਿਵੇਂ ਹੁਣ ਹਰਸਿਮਰਤ ਕੌਰ ਬਾਦਲ ਨੇ ਕਿਹਾ ਮੈਂ ਏਮਸ ਲੈ ਕੇ ਆਏ, ਜੱਚਾ ਬੱਚਾ ਕੇਂਦਰ ਅਸੀਂ। ਇੱਕ ਮਿੰਟ, ਹਰਸਿਮਰਤ ਕੌਰ ਬਾਦਲ ਏਮਸ ਨਹੀਂ ਲੈ ਕੇ ਆਈ, ਸੈਂਟਰ ਸਰਕਾਰ ਏਮਸ ਦਿੱਤੇ ਹੈ, 16-17 ਏਮਸ ਦਿੱਤੇ ਨੇ ਸਾਰੇ ਹਿੰਦੁਸਤਾਨ ਵਿੱਚ। ਇਹ ਕੋਈ ਇੱਕ ਏਮਸ ਨਹੀਂ ਆਇਆ ਸਾਰੇ ਦੇਸ਼ 'ਚ, ਜੰਮੂ ਕਸ਼ਮੀਰ ਆਇਆ ਹੈ, ਅਸਾਮ ਗਿਆ ਹੈ, ਸਾਊਥ 'ਚ ਗਏ ਨੇ। ਜੇ ਮੰਗ ਕੀਤੀ ਫਿਰ ਹੀ ਲੈ ਕੇ ਆਉਂਦਾ ਨਾ? ਮੰਗ ਨਹੀਂ ਕੀਤੀ, ਗਵਰਨਮੈਂਟ ਇੰਡੀਆ ਦੀ ਪਾਲਿਸੀ ਸੀ, ਕੋਈ ਮੰਗ ਨਹੀਂ ਕੀਤੀ, ਕੋਈ ਮੰਗ ਨਹੀਂ। ਕੋਈ ਕੋਈ ਚਿੱਠੀ ਦਿਖਾ ਦੇ ਹਰਸਿਮਰਤ ਕੌਰ ਬਾਦਲ ਕੀ ਮੈਂ ਇਹ ਚਿੱਠੀ ਲਿਖੀ ਸੀ ਅਤੇ ਮੈਨੂੰ ਏਮਸ ਮਿਲ ਗਿਆ। ਬਿਲਕੁਲ ਗਲਤ ਗੱਲ ਹੈ। ਅਸੀਂ ਇਸ ਚੀਜ਼ 'ਚ ਖੁਸ਼ ਹਾਂ ਕਿ ਸਾਨੂੰ ਬਹੁਤ ਵਧੀਆ ਇੱਥੇ ਹੋਸਪਿਟਲ ਮਿਲ ਗਿਆ, ਪਰ ਇਹ ਏਮਸ ਹਰਸਿਮਰਤ ਕੌਰ ਬਾਦਲ ਦੀ ਦੇਣ ਨਹੀਂ, ਇਹ ਸੈਂਟਰ ਸਰਕਾਰ ਦੀ ਸਕੀਮ ਹੈ ਜੋ ਆਲ ਇੰਡੀਆ ਕਿ ਅਸੀਂ ਇੰਨੇ ਏਮਸ ਬਣਾਉਣੇ ਹੈ, ਉਹਦੇ ਵਿੱਚ ਇੱਕ ਪੰਜਾਬ ਵੀ ਆਉਂਦਾ ਸੀ। ਸੋ ਇਸ ਕਰਕੇ ਉਹ ਪੰਜਾਬ 'ਚ ਜਿਹੜਾ ਏਮਸ ਆਇਆ ਉਹ ਸੈਂਟਰ ਗੌਰਮੈਂਟ ਦੇ ਪੋਲਿਸੀ ਦੇ ਮੁਤਾਬਕ ਆਇਆ, ਨਾ ਕਿ ਹਰਸਿਮਰਤ ਦੇ ਕੋਈ ਕੋਸ਼ਿਸ਼ਾਂ ਕਰਨ। ਤੁਸੀਂ ਜਿੱਦ ਤੁਸੀਂ ਕੀ ਲੈ ਕੇ ਆਉਂਗੇ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਇੱਕ ਵਾਰ MP ਬਣਨਾ। ਉਸ ਤੋਂ ਬਾਅਦ ਦੇਖੋ, ਮੈਂ ਹਮੇਸ਼ਾ ਹੀ ਕਹਿੰਦਾ ਹਰ ਹਲਕੇ ਦੀ ਆਪਦੀ ਅੱਡ ਸਮੱਸਿਆ ਨਾਲ। ਹੁਣ ਆਪਾਂ ਬਠਿੰਡੇ ਸ਼ਹਿਰ 'ਚ ਬੈਠੇ ਹਾਂ, ਹੁਣ ਇਹਨੂੰ ਤੁਸੀਂ ਤਲਵੰਡੀ ਅਤੇ ਇਹਨੂੰ ਮੌੜ ਅਤੇ ਲੰਬੀ ਨਾਲ ਕੰਪੇਅਰ ਤਾਂ ਨਹੀਂ ਕਰ ਸਕਦੇ ਨਾ। ਉਹਨਾਂ ਦੀ ਸਮੱਸਿਆਵਾਂ, ਲੋੜਾਂ ਅੱਡ ਨੇ, ਕਿਉਂਕਿ ਉਹ ਜ਼ਿਆਦਾ ਰੂਰਲ ਏਰੀਆ ਹੈ, ਇਹ ਅਰਬਨ ਏਰੀਆ ਹੈ। ਦੇਖੋ, ਕੁਛ ਤਾਂ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਪੈਣੇ ਆ ਇੰਪਲੋਇਮੈਂਟ ਵਾਸਤੇ। ਕੁਛ ਰਿਸਰਚ ਤੁਸੀਂ ਇਹ ਦੇਖੋ ਕਿੰਨਾ ਪ੍ਰੋਬਲਮ ਹੈ ਹੈਲਥ ਵਾਸਤੇ। ਏਮਸ ਇੱਥੇ ਤਾਂ ਬਣਾਤਾ, ਹੁਣ ਕਹਿ ਦਿੰਦੇ ਨੇ। ਮੈਂ ਕਹਿੰਦਾ ਇਹੀ ਜੇ ਇੱਥੇ 1000 ਕਰੋੜ ਦਾ ਬਜਟ, 2000 ਕਰੋੜ ਦਾ ਬਜਟ ਸੀਗਾ ਏਮਸ ਬਠਿੰਡੇ ਵਾਸਤੇ, ਕਿਉਂ ਨਾ ਮਾਨਸੇ? ਤੁਸੀਂ ਦੇਖੋ, ਮੈਂ ਕੱਲ੍ਹ ਗਿਆ, ਮੈਂ ਪੁੱਛਿਆ, ਕਹਿੰਦੇ ਇੱਥੇ ਕੋਈ ਫੈਸਿਲਿਟੀ ਨਹੀਂ ਹੈਲਥ। ਜੇ ਕੋਈ ਬੰਦਾ ਬਿਮਾਰ ਹੋ ਜਾਂਦਾ, ਸੀਰੀਅਸ ਹੋ ਜਾਂਦਾ, ਉਹਨੂੰ ਚੱਕ ਕੇ ਸਾਨੂੰ ਕਦੇ ਉੱਧਰ ਸੰਗਰੂਰ ਵਾਲੇ ਪਾਸੇ ਲੈ ਕੇ ਜਾਣਾ ਪੈਂਦਾ, ਇੱਥੇ ਲੈ ਕੇ ਆਉਣਾ ਪੈਂਦਾ, ਉਦੋਂ ਕਿੰਨਾ ਕੁ ਟਾਈਮ ਹੁੰਦਾ ਬੰਦੇ ਕੋਲ ਜਦੋਂ ਬੰਦਾ ਇੱਕਦਮ ਐਮਰਜੈਂਸੀ 'ਚ ਲੋੜ ਪੈਂਦੀ ਹੈ? ਕਿ 500,000 ਕਰੋੜ ਰੁਪਇਆ ਲਾ ਕੇ ਇੱਕ ਸੈਟੇਲਾਈਟ ਹੋਸਪਿਟਲ ਮਾਨਸੇ ਪਿਛਲੇ 15 ਸਾਲ ਜੋ ਰਹੇ ਨੇ ਇੱਥੇ ਬਤੌਰ MP ਮਿਨਿਸਟਰ, ਉਹ ਵੀ ਕੈਬਨਿਟ, ਕਿ ਇੱਕ ਪ੍ਰੋਜੈਕਟ ਨਹੀਂ ਆ ਸਕਦਾ? ਐਜੂਕੇਸ਼ਨ ਕੀ ਹਾਲ ਹੈ ਐਜੂਕੇਸ਼ਨ ਦਾ? ਤੁਸੀਂ ਜਾ ਕੇ ਦੇਖੋ ਪਿੰਡਾਂ ਵਿੱਚ, ਕਲੀ ਕਲੀ ਕਰਾ ਕੇ ਅਤੇ ਬੋਰਡ ਬਦਲ ਕੇ ਐਜੂਕੇਸ਼ਨ ਦਾ ਲੈਵਲ ਨਹੀਂ ਉੱਚਾ ਹੋਣਾ। ਤੁਹਾਨੂੰ ਉੱਥੇ ਟੀਚਰ ਦੇਣੇ ਪੈਣੇ ਆ, ਫੈਸਿਲਿਟੀਜ਼ ਦੇਣੀਆਂ ਪੈਣੀਆਂ। ਅੱਜ ਕੰਪਿਊਟਰ ਦਾ ਜ਼ਮਾਨਾ ਹੈ, ਸਕੂਲਾਂ 'ਚ ਕਿੰਨੇ ਕੁ ਕੰਪਿਊਟਰ ਪਏ ਨੇ, ਕਿੰਨੇ ਕੁ ਪਿੰਡਾਂ 'ਚ ਬੱਚੇ ਜਿਹੜੇ ਨੇ ਕੰਪਿਊਟਰ ਜਾਣਦੇ ਨੇ। ਗਲੋਬਲ ਵਿਲੇਜ ਬਣ ਗਈ ਹੈ, ਇੱਥੇ ਬੈਠੇ ਹਾਂ ਅੱਜ, ਇਹ ਤੁਸੀਂ ਲਾਈਵ ਕਰਦੇ ਹੋ, ਲੋਕ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹੀ ਚੀਜ਼
ਸਕਿੰਟਾਂ ਮਿੰਟਾਂ 'ਚ ਦੇਖ ਰਹੇ ਨੇ ਦੁਨੀਆ ਕਿੰਨੀ ਅੱਗੇ ਵੱਧ ਗਈ ਹੈ। ਅਤੇ ਆਪਾਂ ਹਲੇ ਕਲੀ ਕਰਕੇ ਕਦੇ ਸਮਾਰਟ ਸਕੂਲ ਕਦੇ ਫਲਾਣਾ ਸਕੂਲ ਫਲਾਣਾ, ਇਹ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ। ਇਹ ਕੋਈ ਅੱਛੀ ਪੋਲਿਸੀ ਬਣਾਉਣੀ ਪੈਣੀ ਹੈ ਜਿਹੜਾ ਕਿ ਬੱਚਾ ਪੜ੍ਹੇ ਉਹ ਇੰਪਲੋਈ ਹੋਵੇ। ਐਜੂਕੇਸ਼ਨ ਇਹੀ ਜਿਹੀ ਹੋਣੀ ਚਾਹੀਦੀ ਹੈ ਕਿ ਮੈਂ ਕੋਈ ਡਿਗਰੀ ਕੀਤੀ ਹੈ, ਮੇਰੀ ਇੰਪਲੋਇਮੈਂਟ ਹੋਣੀ ਚਾਹੀਦੀ ਹੈ ਉਸ ਡਿਗਰੀ ਨੂੰ, ਕੋਈ ਪੁੱਛਦਾ ਹੀ ਨਹੀਂ। ਇੰਜੀਨੀਅਰਿੰਗ ਡਿਗਰੀ BA MA ਕੌਣ ਪੁੱਛ ਰਿਹਾ ਅੱਜ ਕੱਲ੍ਹ ਦੱਸੋ? ਮੈਂ ਜਿਹੜੀਆਂ ਕੋਈ ਛੋਟੀ ਤੋਂ ਛੋਟੀ ਕਲਾਸ 4 ਪੋਸਟ ਨਿਕਲਦੀ ਹੈ ਨਾ, ਉਹਦੇ 'ਚ ਪੋਸਟ ਗ੍ਰੈਜੂਏਟ ਬੰਦੇ ਅਪਲਾਈ ਕਰ ਰਹੇ ਨੇ, ਉਸ ਤੋਂ ਪਤਾ ਲੱਗਦਾ ਕਿ ਸਿਸਟਮ ਕਿੰਨਾ ਕੋਲੈਪਸ ਕਰ ਗਿਆ। ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਸੀ ਦਰਵੇਸ਼ ਸਿਆਸਤਦਾਨ ਹੈ, ਸਾਡੇ 'ਚ ਕੋਈ ਦਾਗ ਨਹੀਂ। ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਉਹ ਉਮੀਦਵਾਰ ਦਿੱਤਾ ਕਿ ਜਿਹਦੇ ਨਾਲ ਕਿਸੇ ਨਾਲ ਮੁਕਾਬਲਾ ਨਹੀਂ। ਉਹ ਤਾਂ ਬਹੁਤ ਪਿੱਛੇ ਨੇ ਜੀ, ਉਹਨਾਂ ਦਾ ਕਾਹਦਾ ਮੁਕਾਬਲਾ, ਉਹ ਤਾਂ ਬਹੁਤ ਪਿੱਛੇ ਨੇ। ਅਤੇ ਉਹਨਾਂ ਨੇ 2 ਸਾਲ ਬਤੌਰ ਕੈਬਨਿਟ ਮਿਨਿਸਟਰ, ਮੈਨੂੰ ਉਹਨਾਂ ਦੀ ਪਰਫੋਰਮੈਂਸ ਤੁਸੀਂ ਅਦਰਵਾਈਜ਼ ਪੁੱਛਦੇ ਹੋ ਕਿ ਉਹਨਾਂ ਦੀ ਪਰਫੋਰਮੈਂਸ ਤੁਸੀਂ ਪੁੱਛੀ ਕਿਤੇ ਬਿਠਾ ਕੇ ਕਿ ਤੁਸੀਂ ਆਪਦੀਆਂ ਅਚੀਵਮੈਂਟਸ ਦੱਸਦੇ ਹੋ ਜੀ ਪਿਛਲੇ 2 ਸਾਲ 'ਚ ਆਮ ਆਦਮੀ ਪਾਰਟੀ ਦੀ। ਚਲੋ ਖੁੱਡੀਆਂ ਸਾਹਿਬ ਨੂੰ ਪਾਸੇ ਰੱਖ ਲਓ, ਠੀਕ ਹੈ ਨਾ, ਸਾਡੇ ਅਸੀਂ ਇਕੱਠੇ ਕੰਮ ਵੀ ਕੀਤਾ ਹੈ, ਮਿੱਤਰ ਵੀ ਨੇ, ਠੀਕ ਸਭ ਕੁਛ ਠੀਕ ਹੈ। ਪਰ ਜਦੋਂ ਤੁਸੀਂ ਜ਼ਿੰਮੇਵਾਰੀ ਵਾਲੀ ਸੀਟ 'ਤੇ ਬੈਠ ਜਾਂਦੇ ਹੋ, ਜਦੋਂ ਤੁਹਾਨੂੰ ਜ਼ਿੰਮੇਵਾਰੀ ਮਿਲ ਜਾਂਦੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੂੰ ਕੈਬਨਿਟ ਮਿਨਿਸਟਰ ਬਣਾਇਆ, ਮੈਨੂੰ ਇਹ ਦੱਸ ਦੇਣ ਕਿ ਐਗਰੀਕਲਚਰ ਬਤੌਰ ਐਗਰੀਕਲਚਰ ਮਿਨਿਸਟਰ, ਖੇਤੀਬਾੜੀ ਮਿਨਿਸਟਰ, ਇਹਨਾਂ ਨੇ ਕੀ ਅਚੀਵਮੈਂਟ ਕੀਤੀ ਹੈ, ਖੇਤੀ ਪ੍ਰਤੀ ਇਹਨਾਂ ਨੇ ਕੀ ਕਿਸਾਨੀ ਨੂੰ ਲਾਭ ਪਹੁੰਚਾਇਆ, ਇਹ ਦੱਸ ਦਿਓ। ਹੋਰ ਕੁਛ ਨਹੀਂ, ਕੰਪਨਸੇਸ਼ਨ ਹੀ ਦੇ ਦਿੰਦੇ, ਜਿਹੜਾ ਕਿ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਫਲੱਡ ਆਏ, ਗੜੇ ਪਏ ਬਾਰਿਸ਼ ਨਾਲ, ਹਨੇਰੀ ਨਾਲ ਕਿੰਨੀ ਫਸਲਾਂ ਦੀ ਤਬਾਹੀ ਹੋਈ, ਹੋਈ ਕਿ ਨਹੀਂ, ਮੁਆਵਜ਼ਾ ਮਿਲਣਾ ਚਾਹੀਦਾ ਸੀ ਕਿ ਨਹੀਂ ਮਿਲਣਾ ਚਾਹੀਦਾ ਸੀ? ਉੱਥੇ ਵੀ ਮਜ਼ਾਕ ਕੀਤਾ ਇਹਨਾਂ ਨੇ, ਇਹ ਤਾਂ ਕਹਿੰਦੇ ਹੁੰਦੇ ਸੀ ਗੁਰਦੌਰੀਆਂ ਹੁੰਦੀਆਂ ਰਹਿਣਗੀਆਂ, 25,000 ਰੁਪਈਆ ਦੇਵਾਂਗੇ, ਪਹਿਲਾਂ ਦੇ ਦਿਆ ਕਰਾਂਗੇ, ਅਕਾਊਂਟਾਂ 'ਚ ਪਾ ਦਿਆ ਕਰਾਂਗੇ, ਇਹ ਕਿਹਾ ਸੀ ਕਿ ਨਹੀਂ, ਪੁੱਛੋ ਖੁੱਡੀਆਂ ਸਾਹਿਬ। ਫਿਰ ਸਟੇਜਾਂ 'ਤੇ ਖੜ੍ਹ ਕੇ ਖੁੱਡੀਆਂ ਸਾਹਿਬ ਨਾਲ ਬੈਠੇ ਨੇ ਕਿ ਮੁਆਵਜ਼ੇ ਦੀ ਤਾਂ ਕੀ ਗੱਲ ਹੈ, ਇਹ ਤਾਂ ਦੇਣਾ ਹੀ ਦੇਣਾ, ਅਸੀਂ ਮਰੀ ਮੁਰਗੀ ਦਾ ਵੀ ਦੇ ਦਿਆਂਗੇ, ਮਰੀ ਬੱਕਰੀ ਦਾ ਵੀ ਦੇ ਦਿਆਂਗੇ। ਕਿੱਡਾ ਮਜ਼ਾਕ ਬਣਾਇਆ, ਅਤੇ ਕਿਸੇ ਮਰੀ ਬੱਕਰੀ 'ਤੇ ਕੋਈ ਆਇਆ, ਕਿਸੇ ਮੁਰਗੀ ਦਾ ਕੋਈ ਮੁਆਵਜ਼ਾ, ਕੁਛ ਨਹੀਂ। ਆ ਮੁਹੱਲਾ ਕਲੀਨਿਕ ਕਿੰਨਾ ਵੱਡਾ ਡਰਾਮਾ ਹੈ ਜੀ, ਮੁਹੱਲਾ ਕਲੀਨਿਕ ਦਾ ਦੱਸ ਦਿਓ, ਕਿਹੜੀ ਮੁਹੱਲਾ ਕਲੀਨਿਕ ਚੰਗੀ ਚੱਲ ਰਹੀ? ਕੋਈ ਇੱਕ ਦਾ ਉਦਾਹਰਣ ਦੇ ਦਿਓ ਇੱਥੇ ਕਿ ਆਹ ਚੰਗੀ ਚੱਲ ਰਹੀ ਹੈ ਜੀ। ਉਹੀ ਸਕੂਲਾਂ ਦਾ ਹਾਲ, ਸਕੂਲ ਆਫ ਐਮੀਨੈਂਸ, ਕਹਿੰਦਾ ਐਮੀਨੈਂਸ ਉਹੀ, ਮੈਂ ਤੁਹਾਨੂੰ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ 4 ਕਮਰਿਆਂ ਨੂੰ ਪੋਲਿਸ਼ ਕਰਕੇ ਆਪਣਾ ਵਧੀਆ ਉਹਨਾਂ ਨੂੰ ਪੇਂਟ ਪੂੰਟ ਕਰਕੇ ਉੱਤੇ ਸਕੂਲ ਆਫ ਐਮੀਨੈਂਸ ਲਿਖ ਦਿਓ, ਅਤੇ ਅੰਦਰ ਉਹੀ ਹੈ, ਤੁਹਾਨੂੰ ਅੰਦਰ ਬਦਲਣਾ ਪਊ ਸਾਰਾ ਸਿਸਟਮ। ਇਹ ਨਹੀਂ ਇਕੱਲਾ ਬਾਹਰੋਂ ਬਾਹਰੋਂ ਚਮਕਾ ਦਿਓ ਅਤੇ ਕਹਿ ਦਿਓ ਸਿਰਫ ਆਪਦੀ ਪਬਲਿਸਿਟੀ ਵਾਸਤੇ। ਸੋ ਪਬਲਿਸਿਟੀ ਤੋਂ ਜਿੰਨੀ ਪਬਲਿਸਿਟੀ ਆਮ ਆਦਮੀ ਪਾਰਟੀ ਨੇ ਕੀਤੀ ਹੈ, ਜਿੰਨੇ ਕਰੋੜਾਂ ਰੁਪਈਆ ਇਹਨਾਂ ਨੇ ਲਾਤਾ, ਕਿਤੇ ਉਹੀ ਲੋਕਾਂ ਦੇ ਭਲੇ ਵਾਸਤੇ ਲਾਇਆ ਹੁੰਦਾ, ਅੱਜ ਪੰਜਾਬ, ਮੈਨੂੰ ਦੱਸ ਦਿਓ ਕੋਈ ਇੰਡਸਟਰੀ ਆਈ ਕਹਿੰਦੇ ਇੰਨੀਆਂ ਨੌਕਰੀਆਂ ਦਿੱਤੀਆਂ ਜੀ, ਤੁਸੀਂ ਕੋਈ ਨੌਕਰੀ ਦੀ ਕੋਈ ਲੈਟਰ ਦੇਖੀ, ਅਪਾਰਟਮੈਂਟ ਲੈਟਰ ਤੁਸੀਂ ਦੇਖੀ? 43,000 ਨੌਕਰੀ, ਮੈਂ ਕਿਹਾ ਤੁਸੀਂ 43,000 ਚੋਂ ਛੱਡੋ, ਤੁਸੀਂ 10 ਅਪੁਆਇੰਟਮੈਂਟ ਲੈਟਰਾਂ ਦੇਖੀਆਂ ਜਿਹੜਾ ਕਹਿੰਦੇ ਕਿ ਆਹ ਮੇਰੀ ਅਪੁਆਇੰਟਮੈਂਟ ਲੈਟਰ ਹੈ ਅਤੇ ਮੈਂ ਜੁਆਇਨ ਕਰ ਲਿਆ, ਕਿਹੜੇ ਮਹਿਕਮੇ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ ਇਹਨਾਂ ਨੇ, ਕੋਈ ਤੁਹਾਡੇ ਕੋਲ ਡਾਟਾ ਹੈ? ਤੁਸੀਂ ਤਾਂ ਪੱਤਰਕਾਰ ਹੋ, ਜ਼ਿੰਮੇਵਾਰ ਹੋ, ਸੀਨੀਅਰ ਹੋ, ਤੁਸੀਂ ਕਦੇ ਪੁੱਛਿਆ ਆਮ ਆਦਮੀ ਪਾਰਟੀ ਨੂੰ? ਨਹੀਂ ਪੁੱਛਦੇ ਆ, ਜਦੋਂ ਜਦੋਂ ਮੈਂ ਕਹਿੰਦੇ ਨੇ ਉਹ ਕਹਿੰਦੇ ਦਿੱਤੀਆਂ ਤੇ ਕਿੱਥੇ ਆ ਵਿਰਸਤ ਪ੍ਰੂਫ, ਕਹਿੰਦੇ ਤੁਸੀਂ ਪਿੰਡਾਂ ਦੇ ਵਿੱਚ ਜਾਓ, ਤੁਹਾਨੂੰ ਪਤਾ ਲੱਗੂਗਾ। ਆ ਜਾਓ ਤਲਵੰਡੀ, ਆ ਜਾਓ, ਹੁਣ ਚੱਲੀਏ, ਆਓ ਚਾਹ ਦਾ ਕੱਪ ਪੀਓ, ਆਓ ਤਲਵੰਡੀ ਚੱਲਦੇ ਆ, ਤੁਸੀਂ ਸੱਦੋ, ਅਸੀਂ ਆਵਾਂਗੇ ਤੁਹਾਡੇ ਨਾਲ ਪੁੱਛਾਂਗੇ ਵੀ। ਅੱਛਾ ਸਿੱਧੂ ਸਾਹਿਬ, ਗੱਲਾਂ ਚੱਲਦੀਆਂ ਰਹੀਆਂ, ਮੇਰਾ ਲਾਸਟ ਸਵਾਲ ਜਾਂਦੇ ਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਸੀ, ਉਦੋਂ ਇਹ ਗੱਲ ਕਹਿ ਦਿੰਦੇ ਸੀ ਕਿ ਇਹਨਾਂ ਨੇ ਦਲ ਬਦਲੂ ਕਰ ਲਿਆ, ਮੈਂ ਤੁਹਾਡੀ ਵੀ ਇੰਟਰਵਿਊ ਕੀਤੀ ਸੀ। ਹੁਣ ਉਹਨਾਂ ਦੇ ਜਿਹੜੇ ਨੂੰਹ ਪੁੱਤ ਨੇ ਉਹ ਤੁਹਾਨੂੰ ਪਤਾ ਭਾਜਪਾ ਦੇ ਉਮੀਦਵਾਰ ਵੀ ਨੇ। ਸੁਣੋ, ਹਾਂ,
ਦੋਗਲੀ ਨੀਤੀ ਅਕਾਲੀ ਦਲ ਦੀ ਮਿਲਿਆ ਤੁਸੀਂ ਮੈਨੂੰ ਕਹਿੰਦੇ ਹੋ, ਮੈਂ ਮਿਲਿਆ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਮਿਲ ਕੇ ਇਲੈਕਸ਼ਨ ਲੜ ਰਿਹਾ, ਇੱਕੋ ਪਰਿਵਾਰ 'ਚ ਇੱਕ ਅਕਾਲੀ ਦਲ 'ਚ ਬੈਠਾ ਅਤੇ ਪੁੱਤ ਅਤੇ ਨੂੰਹ ਬੀਜੇਪੀ 'ਚ ਬੈਠੇ ਨੇ, ਕੀ ਉਹ ਰਲਿਆ ਨਹੀਂ ਹੈ ਕੰਮ? ਅੱਛਾ, ਦੂਜੀ ਗੱਲ, ਤੁਹਾਨੂੰ ਯਾਦ ਹੈ ਤੁਸੀਂ ਮੇਰੇ ਨਾਲ ਆਹੀ ਇੰਟਰਵਿਊ ਕੀਤੀ ਸੀ, ਮੈਂ ਕਿਹਾ ਸੀ ਕਿ ਮੈਨੂੰ ਤਾਂ ਇਹਨਾਂ ਨੇ 15 ਮਿੰਟ 'ਚ ਸ਼ੋ ਕੋਜ਼ ਨੋਟਿਸ ਦੇ ਕੇ ਸਸਪੈਂਡ ਕਰਕੇ ਮੇਰੇ ਤੋਂ ਜਵਾਬ ਮੰਗਿਆ ਸੀ। ਮੈਂ ਕਿਹਾ ਮੈਂ ਕੋਈ ਜਵਾਬ ਨਹੀਂ ਦਿੰਦਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੇਰੇ ਨਾਲ ਧੱਕਾ ਕਰ ਰਹੇ ਹੋ ਤੁਸੀਂ, ਅਤੇ ਮੈਂ ਆਹ ਚੱਕੋ ਮੇਰਾ ਅਸਤੀਫਾ, ਅਤੇ ਮੈਂ ਕੋਈ ਅਕਾਲੀ ਦਲ ਦਾ ਹੁਣ ਨਾ ਮੈਂਬਰ ਹਾਂ, ਨਾ ਮੈਂ ਉਹਦੇ 'ਚ ਕੋਈ ਅਹੁਦੇਦਾਰ ਹਾਂ, ਮੈਂ ਛੱਡਿਆ ਅਕਾਲੀ ਦਲ, ਇਹੀ ਕਿਹਾ ਸੀ ਨਾ? ਅਤੇ ਮੈਂ ਹੁਣ ਇਹ ਸਵਾਲ ਸਰ ਸੁਖਬੀਰ ਸਿੰਘ ਬਾਦਲ ਨੂੰ ਪੁੱਛਦਾ, ਜੀ ਧਮਿੰਦਰ ਵੇਲੇ 15 ਮਿੰਟ ਨਹੀਂ ਲਾਏ ਇਹ ਸਿਕੰਦਰ ਸਿੰਘ ਮਲੂਕੇ ਨੇ, ਕੀ ਹੁਣ ਸਿਕੰਦਰ ਸਿੰਘ ਮਲੂਕਾ ਆਪਦੇ ਮੁੰਡੇ ਨੂੰ ਸ਼ੋ ਕੋਜ਼ ਨੋਟਿਸ ਕੱਢਿਆ ਕਿ ਨਹੀਂ ਕੱਢਿਆ? ਕਿਉਂਕਿ 15 ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਇਹ ਬੀਜੇਪੀ 'ਚ ਜਾ ਰਿਹਾ ਸਣੇ, ਇਹਦੇ ਨੂੰ ਜਦੋਂ ਰਿਜ਼ਾਈਨ ਕੀਤਾ ਤੁਸੀਂ ਪੱਤਰਕਾਰਾਂ ਨੇ ਪ੍ਰਿੰਟ ਮੀਡੀਆ ਨੇ ਲਿਖਤਾ ਸੀ ਕਿ ਸੰਭਾਵਿਕ ਇਹ ਬੀਜੇਪੀ 'ਚ ਪਰਿਵਾਰ ਜਾਊਗਾ, ਕੀ ਉਦੋਂ ਡਿਸਪਲਿਨਰੀ ਕਮੇਟੀ ਦਾ ਚੇਅਰਮੈਨ ਨਹੀਂ ਸੀ ਇਹ? ਕਿਉਂਕਿ ਪੁੱਤ ਸੀ, ਪੁੱਤ ਦਾ ਪਿਆਰ। ਅਤੇ ਸੁਖਬੀਰ ਸਿੰਘ ਬਾਦਲ ਜੀ ਕੀ ਕਰਦੇ ਸੀ? ਜੀ ਧਮਿੰਦਰ ਨੂੰ ਤਾਂ ਡਿਸਪਲਿਨਰੀ ਕਮੇਟੀ 'ਚ ਚਿੱਠੀ ਕਢਾ ਕੇ, ਉਹ ਵੀ ਵੀਡੀਓ ਕਾਨਫਰੰਸਿੰਗ ਕਰਾ ਕੇ, ਸਭ ਫਰੋਡ, ਸਭ ਸਾਰਾ ਝੂਠ। ਅਤੇ ਕੀ ਹੁਣ ਸਿਕੰਦਰ ਸਿੰਘ ਮਲੂਕਾ ਕੀ ਹੋ ਗਿਆ? ਕੀ ਗੱਲ, ਡਰਦੇ ਹੋ? ਸੁਣ ਲਓ, ਕੀ ਸਿਕੰਦਰ ਸਿੰਘ ਮਲੂਕੇ ਤੋਂ ਡਰਦੇ ਹੋ ਸੁਖਬੀਰ ਸਿੰਘ ਬਾਦਲ? ਕੀ ਤੁਸੀਂ ਉਹਨੂੰ ਸ਼ੋ ਕੋਜ਼ ਨੋਟ, ਤੁਹਾਡਾ ਡਿਸਪਲਿਨਰੀ ਕਮੇਟੀ ਦਾ ਚੇਅਰਮੈਨ ਡਿਸਪਲਿਨ ਤੋੜ ਰਿਹਾ ਹੋਵੇ, ਐਂਟੀ ਪਾਰਟੀ ਐਕਟੀਵਿਟੀ ਕਰ ਰਿਹਾ ਹੋਵੇ, ਉਹਦਾ ਮੁੰਡਾ ਬੀਜੇਪੀ ਛੱਡ ਕੇ ਚਲੇ ਜਾਵੇ ਅਕਾਲੀ ਦਲ ਨੂੰ, ਅਤੇ ਤੁਸੀਂ ਉਹਨੂੰ ਨੋਟਿਸ ਵੀ ਨਾ ਦਿਓ? ਤੁਸੀਂ ਉਹਨੂੰ ਪੁੱਛੋ ਤੱਕ ਨਾ, ਅਤੇ ਕੀ ਕਰੋ? ਬੀਬਾ ਹਰਸਿਮਰਤ ਕੌਰ ਬਾਦਲ ਕਹਿੰਦੇ ਉਹ ਤਾਂ ਜੀ ਪਰਿਵਾਰ 'ਚ ਨਾ ਫਿਰ ਬੱਚੇ ਕਈ ਵਾਰੀ ਬਜ਼ੁਰਗਾਂ ਦੀ ਮੰਨਦੇ ਨਹੀਂ, ਆਪਦੀ ਮਰਜ਼ੀ ਕਰਦੇ ਨੇ। ਡਬਲ ਫੇਸਡ ਕੰਮ ਹੈ ਇਹ, ਜਿੱਥੇ ਸੂਟ ਕਰਦਾ ਘਰ ਦੀ ਪਾਰਟੀ ਹੈ, ਜਿੱਥੇ ਸੂਟ ਕਰਦਾ ਉੱਥੇ ਉਵੇਂ ਮੋੜ ਲੈਂਦੇ ਨੇ। ਹੁਣ ਮੈਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪੁੱਛਦਾ ਕਿ ਕਿਉਂ ਨਹੀਂ ਮਲੂਕੇ ਨੂੰ ਤੁਸੀਂ ਪਾਰਟੀ 'ਚੋਂ ਕਢਾਉਂਦੇ? ਤੁਹਾਡੇ ਉਲਟ ਚੱਲੇ ਆ, ਉਹਦੀ ਨੂੰਹ, ਉਹਦਾ ਮੁੰਡਾ ਤੁਹਾਡੇ ਉਲਟ ਪ੍ਰਚਾਰ ਕਰ ਰਿਹਾ ਹੁਣ ਬਠਿੰਡਾ 'ਚ, ਕਿਉਂ ਨਹੀਂ ਉਹਨੂੰ ਕੱਢਦੇ? ਪਰ ਨਹੀਂ ਕੱਢਣਗੇ, ਕਿਉਂਕਿ ਸੁਖਬੀਰ ਸਿੰਘ ਬਾਦਲ, ਮੈਂ ਹੁਣ ਰਿਕਾਰਡ ਕਹਿ ਦਿੰਦਾ, ਸਿਕੰਦਰ ਸਿੰਘ ਮਲੂਕੇ ਤੋਂ ਡਰਦਾ। ਦੋ ਹੀ ਗੱਲਾਂ ਹੁੰਦੀਆਂ, ਜ਼ਿਆਦਾ ਡਰਦਾ, ਡਰਦਾ ਕਿਉਂ ਹੈ, ਜਾਂ ਫਿਰ ਇਹੋ ਜਿਹੀ ਗੱਲ ਹੈ ਕੋਈ ਜਿਹੜੀ ਸਿਕੰਦਰ ਸਿੰਘ ਮਲੂਕੇ ਕੋਲ ਕੋਈ ਇਹੋ ਜਿਹੇ ਰਾਜ਼ ਨੇ ਸੁਖਬੀਰ ਸਿੰਘ ਬਾਦਲ ਦੇ, ਜਿਹੜੇ ਕਿ ਉਹਨੂੰ ਪਤਾ ਜੇ ਉਹਨੂੰ ਕੱਢ ਦਿੱਤਾ ਮੇਰੇ ਉਹ ਰਾਜ਼ ਖੁੱਲ੍ਹ ਕੇ ਮੇਰਾ ਵੱਡਾ ਨੁਕਸਾਨ ਹੋ ਜੂਗਾ। ਮੈਂ ਔਨ ਰਿਕਾਰਡ ਤੈਨੂੰ ਪਰਮਿੰਦਰ ਕਹਿ ਰਿਹਾ। ਜਿਵੇਂ ਕਹਿੰਦੇ ਸੀ, ਗੱਲਾਂ ਕਰਦੇ ਸੀ ਪਹਿਲਾਂ, ਅੱਗੇ ਜੀ ਪਾਰਟੀ ਐਕਟੀਵਿਟੀਆਂ ਹੁੰਦੀਆਂ ਰਹੀਆਂ ਨੇ, ਹੁਣ ਪਾਰਟੀ ਐਕਟੀਵਿਟੀਆਂ ਦੇ ਕਿਉਂ ਨਹੀਂ ਬੋਲ ਰਹੇ? ਕਿਹੜੀਆਂ ਪਾਰਟੀ ਐਕਟੀਵਿਟੀਆਂ? ਜਿਵੇਂ ਸਿਕੰਦਰ ਸਿੰਘ ਮਲੂਕਾ ਕਹਿੰਦੇ ਹੁੰਦੇ ਸੀ ਵੀ ਪਾਰਟੀ ਐਕਟੀਵਿਟੀ ਹੁੰਦੀਆਂ ਨੇ ਪਾਰਟੀ ਦੇ ਵਿੱਚ, ਹੁਣ ਉਹਨਾਂ ਦਾ ਪੁੱਤ ਨੇ ਪਾਰਟੀ ਐਕਟੀਵਿਟੀਆਂ ਕੀਤੀਆਂ ਨੇ। ਹੁਣ ਮੈਂ ਤਾਂ ਕਹਿ ਰਿਹਾ, ਜਵਾਬ ਦਿਓ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਰਲ ਕੇ ਇਲੈਕਸ਼ਨ ਲੜ ਰਿਹਾ, ਇਲੈਕਸ਼ਨ ਲੜ ਸਾਫ ਹੀ ਹੈ ਜੀ, ਤੁਸੀਂ ਡਾਇਨਿੰਗ ਟੇਬਲ 'ਤੇ ਬੈਠੇ ਹੋ, ਇੱਕ ਪਾਸੇ ਮਲੂਕਾ ਸਾਹਿਬ ਬੈਠੇ ਨੇ ਡਾਇਨਿੰਗ ਟੇਬਲ 'ਤੇ ਅਕਾਲੀ ਦਲ, ਇੱਧਰਲੇ ਪਾਸੇ ਨੂੰਹ ਅਤੇ ਪੁੱਤ ਬੈਠੇ ਨੇ ਬੀਜੇਪੀ 'ਚ ਡਾਇਨਿੰਗ ਟੇਬਲ 'ਤੇ, ਅਤੇ ਕੀ ਸਿਆਸਤ ਰਹੇਗੀ? ਕੀ ਇਹ ਇਹ ਮਿਲਾਪ ਨਹੀਂ? ਕੀ ਇਹ ਸਮਝੌਤਾ ਨਹੀਂ? ਕਿ ਇਹ ਰਲ ਕੇ ਇਲੈਕਸ਼ਨ ਸਾਫ, ਹੁਣ ਕਿਹਨੂੰ ਤੁਸੀਂ ਬੇਵਕੂਫ ਬਣਾਓਗੇ? ਤੁਹਾਡੇ ਸਾਹਮਣੇ ਇਹ ਗੱਲ, ਇਹ ਇਲਜ਼ਾਮ ਤੁਸੀਂ ਮੇਰੇ 'ਤੇ ਲਾਉਣ ਦੀ ਬਜਾਏ ਤੁਸੀਂ ਹਰਸਿਮਰਤ ਨੂੰ ਪੁੱਛੋ, ਤੁਸੀਂ ਮਲੂਕਾ ਪਰਿਵਾਰ ਨੂੰ ਪੁੱਛੋ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਧੰਨਵਾਦ।